खबर बठिंडा तो है जिथे दे साबका विधायक ते भाजपा दे जिला प्रधान सरूप चंद सिंगला नू एक विदेशी नंबर तो जानो मारन दी धमकी मिली है। अगला स्टेप असि देखदे आ, सरकार कुछ करदी है तो ठीक है, नहीं उस बाद दे विच फिर जेड़ी मीटिंग होनी है उस च जाओगे पार्टिसिपेट करोगे? देखो, कम करदे आ, कीता है, करांगे, करदे रहांगे, मीटिंग जावांगे, बिल्कुल नहीं असि छड्डांगे। पर जिहड़ी जिहड़ी आपदी क्रिया कम करना है। ਇਹਨਾਂ ਬਠਿੰਡਾ ਤੋਂ ਸਾਬਕਾ ਵਿਧਾਇਕ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ, ਇਹਨਾਂ ਨੂੰ ਵਟਸਐਪ ਕਾਲ ਦੇ ਰਾਹੀਂ ਕਿਸੇ ਸ਼ਖਸ ਦੇ ਵੱਲੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਸਰੂਪ ਚੰਦ ਨੂੰ ਇੱਕੋ ਨੰਬਰ ਤੋਂ ਦੋ ਵਾਰ ਇਹ ਧਮਕੀ ਭਰੀ ਕਾਲ ਆਈ। ਕਾਲ ਕਰਨ ਵਾਲੇ ਨੇ ਧਮਕੀ ਦਿੱਤੀ ਕਿ ਜੇਕਰ ਸਰੂਪ ਚੰਦ ਨੇ ਅੰਮ੍ਰਿਤਸਰ ਦੇ ਵਿੱਚ 22 ਜਨਵਰੀ ਨੂੰ ਹੋਣ ਵਾਲੀ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਾ ਹੈ ਤਾਂ ਉਹ ਆਪਣੇ ਪਰਿਵਾਰ ਨੂੰ ਆਖਰੀ ਵਾਰ ਮਿਲ ਕੇ ਆਵੇ। ਉਹਦੇ ਹਿੰਦੂ ਸਿੱਖ ਸਾਰੀ ਕਰੀ ਜਾਂਦੇ ਆ। ਧਮਕੀ ਦੇਣ ਵਾਲੇ ਨੇ ਸੁਧੀਰ ਸੂਰੀ ਕਤਲ ਦਾ ਜ਼ਿਕਰ ਕਰਕੇ ਵੀ ਸਰੂਪ ਚੰਦ ਸਿੰਗਲਾ ਨੂੰ ਧਮਕਾਇਆ। ਮੈਂ ਇਹ ਯਾਦ ਕਰਾ ਦਾ ਵੀ ਸੂਰੀ ਬਹੁਤ ਕੁਛ ਲੈ ਕੇ ਤੁਰਦਾ ਸੀ ਹਿੰਦੂਆਂ ਦੇ ਨਾਲ, ਤੇ ਸਾਡੇ ਸ਼ੇਰ ਭਰਾ ਨੇ ਤੈਨੂੰ ਪਤਾ ਨਾ ਕੀ ਹਾਲ ਕੀਤਾ ਉਹਦਾ। ਚਲੋ ਬਾਈ ਜੀ, ਕੋਈ ਨੀ, ਮਾਲਕ ਨੇ ਜੋ ਕਰਨਾ। ਇਸ ਸਭ ਦੇ ਦਰਮਿਆਨ ਸਰੂਪ ਚੰਦ ਸਿੰਗਲਾ ਨੇ ਸੂਬਾ ਸਰਕਾਰ ਤੋਂ ਇਸ ਪੂਰੇ ਮਾਮਲੇ ਵਿੱਚ ਕਾਰਵਾਈ ਕਰਨ ਦੀ ਮੰਗ ਕੀਤੀ ਤੇ 22 ਜਨਵਰੀ ਨੂੰ ਹਰ ਹਾਲ ਅੰਮ੍ਰਿਤਸਰ ਵਿੱਚ ਭਾਜਪਾ ਦੀ ਮੀਟਿੰਗ ਵਿੱਚ ਸ਼ਾਮਿਲ ਹੋਣ ਦੀ ਗੱਲ ਆਖੀ। ਵਟਸਐਪ ਕਾਲ ਆਈ ਹੈ, ਵਟਸਐਪ ਦੀ ਮੈਂ ਵੀਡੀਓ ਬਣਾਈ ਹੈ। ਸਰ, ਅਗਲਾ ਸਟੈਪ ਕੀ ਹੈ? ਅਗਲਾ ਸਟੈਪ ਅਸੀਂ ਦੇਖਦੇ ਹਾਂ, ਸਰਕਾਰ ਕੁਝ ਕਰਦੀ ਹੈ ਤਾਂ ਠੀਕ ਹੈ, ਨਹੀਂ ਉਸ ਤੋਂ ਬਾਅਦ ਦੇ ਵਿੱਚ ਫਿਰ ਜਿਹੜੀ ਮੀਟਿੰਗ ਹੋਣੀ ਹੈ ਉਹ 'ਚ ਜਾਓਗੇ ਪਾਰਟਿਸਿਪੇਟ ਕਰੋਗੇ? ਦੇਖੋ, ਕੰਮ ਕਰਦੇ ਆ, ਕੀਤਾ ਹੈ, ਕਰਾਂਗੇ, ਕਰਦੇ ਰਹਾਂਗੇ, ਮੀਟਿੰਗ ਜਾਵਾਂਗੇ, ਬਿਲਕੁਲ ਨਹੀਂ ਅਸੀਂ ਛੱਡਾਂਗੇ। ਪਰ ਜਿਹੜੀ ਜਿਹੜੀ ਆਪਦੀ ਕਿਰਿਆ ਕੰਮ ਕਰਨਾ ਹੈ ਉਹਦੇ ਤੋਂ ਸਾਨੂੰ ਕੋਈ ਰੋਕ ਨਹੀਂ ਸਕਦਾ। ਅਸੀਂ ਪਰਮਾਤਮਾ ਦੇ ਵਿਸ਼ਵਾਸ ਰੱਖਣ ਵਾਲੇ ਬੰਦੇ ਆ। ਸਰੂਪ ਚੰਦ ਸਿੰਗਲਾ ਨੂੰ ਮਿਲੀ ਧਮਕੀ ਤੋਂ ਬਾਅਦ ਪੁਲਿਸ ਵੀ ਤੁਰੰਤ ਐਕਸ਼ਨ ਵਿੱਚ ਆਈ। ਉਹਨਾਂ ਦੀ ਸੁਰੱਖਿਆ ਵਿੱਚ ਵਾਧਾ ਕੀਤਾ ਤੇ ਮੁਲਜ਼ਮਾਂ ਨੂੰ ਛੇਤੀ ਕਾਬੂ ਕਰਨ ਦਾ ਭਰੋਸਾ ਦਿੱਤਾ। ਇਸ ਦੇ ਨਾਲ ਹੀ ਭਾਜਪਾ ਦੇ ਨੇਤਾ ਤਰੁਣ ਚੁੱਗ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਸਰਕਾਰ ਨੂੰ ਘੇਰਿਆ। ਉਹਨਾਂ ਨੂੰ ਪ੍ਰੋਪਰ ਸਿਕਿਉਰਿਟੀ ਦੇ ਦਿੱਤੀ ਗਈ ਹੈ। ਜਿਹੜੀ ਕਾਲ ਤੋਂ ਥਰੈਟ ਆਈ ਸੀਗੀ ਉਹ ਵੀ ਆਰ ਪ੍ਰੂਵਿੰਗ ਦੈਟ ਵੀ ਹੈਵ ਦਾ ਸਿਸਟਮ ਇਨ ਪਲੇਸ, ਜਿਹੜੇ ਲੱਭਣਗੇ ਕੌਣ ਹੈ, ਬੰਦਾ ਕਿੱਥੋਂ ਕਰ ਰਿਹਾ, ਕੀ ਥਰੈਟ ਕਰ ਰਿਹਾ, ਐਕਚੁਅਲ ਹੈ ਕਿ ਨਹੀਂ ਹੈ ਨਾ। ਇਹ ਧਮਕੀਆਂ ਦਾ ਦੌਰ, ਰੰਗਦਾਰੀ ਦਾ ਦੌਰ, ਪੈਸਾ ਇਕੱਠਾ ਕਰਨ ਦਾ ਦੌਰ, ਗੈਂਗਸਟਰਸ ਦੀ ਆਹਟ, ਇਹ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦਾ ਉਪਹਾਰ ਹੈ। ਭਗਵੰਤ ਮਾਨ ਸਾਹਿਬ, ਪੰਜਾਬ ਦੀ ਲੋਅ ਐਂਡ ਆਰਡਰ ਦੇ ਉੱਤੇ ਧਿਆਨ ਦਿਓ। ਪੰਜਾਬ ਦੇ ਅੰਦਰ ਇੱਕ ਭੈ ਦਾ ਵਾਤਾਵਰਣ ਖੜਾ ਹੋ ਗਿਆ, ਲੋਕ ਡਰੇ ਫਿਰਦੇ ਨੇ। ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਜ਼ੀਰੋ ਲੈਵਲ ਤੇ ਪਹੁੰਚ ਚੁੱਕਾ। ਇੱਕ ਸਾਬਕਾ ਮੰਤਰੀ ਨੂੰ ਇਸ ਤਰ੍ਹਾਂ ਜਾਨੋਂ ਮਾਰਨ ਦੀ ਧਮਕੀ ਮਿਲਣਾ ਬੇਹੱਦ ਚਿੰਤਾ ਦਾ ਵਿਸ਼ਾ ਹੈ। ਹੁਣ ਵੇਖਣਾ ਹੋਵੇਗਾ ਕਿ ਪੁਲਿਸ ਇਸ ਪੂਰੇ ਮਾਮਲੇ ਵਿੱਚ ਕੀ ਕਾਰਵਾਈ ਕਰਦੀ ਹੈ। ਬਠਿੰਡਾ ਤੋਂ ਸੂਰਜ ਪਾਨ ਦੀ ਰਿਪੋਰਟ, ਨਿਊਜ਼ 18 ਪੰਜਾਬ।